ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਨਮਸਕਾਰ, ਮੈਂ ਨਿਖਿਲ ਸ਼ਰਮਾ ਤੁਹਾਡਾ ਸਵਾਗਤ ਕਰਦਾ। ਇੰਟਰਨੈਟ ਦਾ ਇਸਤੇਮਾਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਪਰ ਕੁਛ ਲੋਕ ਅਜਿਹੇ ਵੀ ਹੁੰਦੇ ਨੇ ਜੋ ਇਸਦਾ ਗਲਤ ਇਸਤੇਮਾਲ ਕਰਦੇ ਨੇ। ਅੱਜ ਦੀ ਖਬਰ ਥੋੜੀ ਵੱਖਰੀ ਹੈ। ਅੰਮ੍ਰਿਤਸਰ ਚ ਬੀਤੇ ਦਿਨੀ ਇੱਕ ਜਵੈਲਰ ਦੀ ਦੁਕਾਨ ਦੇ ਉੱਤੇ ਚੋਰੀ ਹੋਈ ਸੀ। ਪੁਲਿਸ ਨੇ ਇਸ ਚੋਰੀ ਨੂੰ ਸੁਲਝਾ ਲਿਆ। ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਦੋ ਆਰੋਪੀ ਗ੍ਰਿਫਤਾਰ ਕੀਤੇ ਗਏ ਨੇ, ਪਰ ਇਸ ਘਟਨਾ ਦੇ ਪਿੱਛੇ ਦੀ ਜੋ ਵਜ੍ਹਾ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ। ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਆਰੋਪੀਆਂ ਤੋਂ ਪੁੱਛਗਛ ਕੀਤੀ ਤਾਂ ਪਤਾ ਚੱਲਿਆ ਕਿ ਇੰਟਰਨੈਟ ਤੇ ਵੀਡੀਓ ਦੇਖ ਕੇ ਇਹਨਾਂ ਨੇ ਚੋਰੀ ਕਰਨਾ ਸਿੱਖਿਆ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਹੋਈ ਸੀ ਇਹ ਵਾਰਦਾਤ। ਬਸ ਨੈਟ ਤੋਂ ਵੇਖ ਕੇ ਨਾ ਬਸ ਦਿਮਾਗ। ਇਹ ਤੁਹਾਡੇ ਕੌਣ ਲੱਗਦੇ ਜਿਹੜੇ ਨਾਲ ਨੇ? ਆਈਡੀ ਲੈ ਫਰੈਂਡ ਜੀ। ਫਰੈਂਡ ਫਰੈਂਡ ਹੈ ਕਿਹਾ ਜਾ ਰਿਹਾ, ਤੁਸੀਂ ਹੋਰ ਵੀ ਜਗ੍ਹਾ ਦੇ ਉੱਤੇ ਕਾਫੀ ਵਾਰ ਦਾ ਤੁਹਾਨੂੰ ਅੰਜਾਮ ਦਿੱਤਾ? ਨਹੀਂ, ਇੱਥੇ ਆਹੀ ਬਸ ਸਰ, ਆਹੀ ਯੂਟਿਊਬ ਵੱਲ ਵੇਖ ਕੇ ਟਿਆ, ਨੈਟ ਤੇ ਵੇਖ ਕੇ ਬਸ ਸਰ ਗਲਤੀ ਹੋ ਗਈ। ਬਸ ਯੂਟਿਊਬ ਤੋਂ ਵੇਖ ਕੇ ਇਨਸਪਾਇਰ ਹੋਏ ਹੋ? ਨੈਟ ਤੋਂ ਉਦਾਂ ਹੀ, ਜੋ ਨੈਟ ਤੇ ਉਹੀ ਵੇਖ ਕੇ ਬਸ, ਉਹ ਵੀ ਮਜਬੂਰੀ ਚ ਬਸ। ਕਿਹਾ ਜਾ ਰਿਹਾ ਪਹਿਲੋਂ ਵੀ ਕਾਫੀ? ਨਹੀਂ ਸਰ। ਤੁਹਾਡਾ ਕੀ ਨਾਮ ਹੈ? ਮੈਂ ਰਾਜੀਵ। ਹਾਂਜੀ ਰਾਜੀਵ। ਰਾਜੀਵ ਜੀ, ਇਹ ਜਿਹੜੀ ਘਟਨਾ ਨੂੰ ਤੁਸੀਂ ਅੰਜਾਮ ਦਿੱਤਾ, ਕਿਸ ਤਰ੍ਹਾਂ ਪਹਿਲੋਂ ਵੀ ਕਾਫੀ? ਨਹੀਂ, ਪਹਿਲਾਂ ਕਦੇ ਨੀ ਸਰ, ਇੱਕੋ ਹੀ ਬਸ ਚੰਡੀਗੜ੍ਹ ਆ ਪਹਿਲਾਂ, ਬਾਕੀ ਕੋਈ ਨੀ ਹੈ। ਆਪਾਂ ਯੂਟਿਊਬ ਤੋਂ ਵੇਖ ਕੇ ਇਹਦੇ ਵੱਲੋਂ ਹੀ ਕਰਨ ਦੀ ਕੋਸ਼ਿਸ਼। ਚਲੋ ਚੰਡੀਗੜ੍ਹ ਕੀਤੀ, ਉਸ ਤੋਂ ਬਾਅਦ ਅੰਮ੍ਰਿਤਸਰ ਕੀਤੀ? ਹਾਂ ਬਸ ਇਹ ਹੀ ਸਾਰਾ ਤਰੀਕਾ। ਕਿੱਥੋਂ ਦੇਖਿਆ ਤੁਸੀਂ? ਯੂਟਿਊਬ ਤੋਂ ਦੇਖ ਕੇ। ਹਾਂਜੀ, ਅੱਛਾ, ਦੋ ਵਾਰ ਦਾ ਤੁਹਾਨੂੰ ਅੰਜਾਮ? ਬਸ ਹੋਰ ਕੋਈ? ਇਸ ਤੋਂ ਪਹਿਲਾਂ ਤੁਸੀਂ ਜ਼ਮਾਨਤ ਤੇ ਹੋ? ਉਹਨਾਂ ਸੀਸੀਟੀਵੀ ਫੁਟੇਜ ਦੇਖਿਆ ਤੇ ਉਹਨਾਂ ਦੀ ਇਹ ਚੋਰੀ ਜਿਹੜੀ ਸਾਹਮਣੇ ਆਈ, ਉਹ ਸੀਸੀਟੀਵੀ ਫੁਟੇਜ ਦੇ ਜ਼ਰੀਏ ਅਸੀਂ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ, ਜਿਹਦੇ ਵਿੱਚ ਗੁਰਜੀਵ ਕੁਮਾਰ ਰੋਫੀ ਹਰੀਪੁਰ ਦਾ ਰਹਿਣ ਵਾਲਾ ਤੇ ਉਹਦੀ ਇੱਕ ਸੈਕਿੰਡ ਵਾਈਫ ਆ ਤੇ ਨਾਲ ਛੋਟਾ ਬੱਚਾ ਵਾ। ਬੱਚੇ ਦਾ ਚਲੋ ਕੀ ਕਸੂਰ ਆ, ਇਹਨਾਂ ਦੋਨੇ ਮੀਆਂ ਬੀਵੀ ਦਾ ਹੈਗੀ ਮੋਟਰ ਸਪਰੈਂਡੀ ਕਿ ਗਹਿਣੇ ਦੁਕਾਨ ਤੇ ਜਾਂਦੇ ਆ ਤੇ ਗਹਿਣੇ ਖਰੀਦਣ ਦੇ ਬਹਾਨੇ ਨਾਲ ਉੱਥੋਂ ਗਹਿਣੇ ਚੋਰੀ ਕਰ ਲੈਂਦੇ ਆ, ਜਾਂ ਇਹ ਕੋਈ ਛੋਟੇ ਗਹਿਣੇ ਜਿਹੜੇ ਆ ਸਸਤੇ ਉਹ ਉਹਨਾਂ ਨਾਲ ਬਦਲ ਲੈਂਦੇ ਆ ਜੀ। ਛੋਟੀ ਚੀਜ਼ ਰੱਖ ਆਉਂਦੇ, ਵੱਡੀ ਚੀਜ਼ ਜਾਂ ਮਹਿੰਗੀ ਚੀਜ਼ ਉੱਥੋਂ ਪਾ ਕੇ ਲੈ ਆਉਂਦੇ, ਇਹ ਚਲਾਕੀ ਨਾਲ ਇਹ ਚੋਰੀ ਕਰਦੇ ਜੀ। ਪਹਿਲਾਂ ਜੀ ਪਤਾ ਲੱਗਾ ਚੰਡੀਗੜ੍ਹ ਵਿਖੇ ਤੇ ਮੁਕਦਮਾ ਦਰਜ ਆ, ਉਹ ਹੋਰ ਕੋਈ ਮੁਕਦਮਾ ਬਾਰੇ ਪਤਾ ਕਰ ਰਹੇ ਸਪੱਖ ਵੱਖ ਥਾਣੇ 'ਚ ਵੀ ਪਹਿਲਾਂ ਕੋਈ ਦਰਜ ਮੁਕਦਮਾ। ਐਤਕੀਆਂ ਨੇ ਕੀ ਕੀਤਾ ਸੀ? ਐਤਕੀ ਜਾਇਲਕਸ ਦਾ ਸ਼ੋਰੂਮ ਹੈਗਾ ਇੱਥੇ ਮਾਲ ਰੋਡ 'ਤੇ, ਉੱਥੋਂ ਇਹਨਾਂ ਨੇ ਦੋ ਵੰਗਾਂ ਚੋਰੀ ਕੀਤੀਆਂ ਸੀ ਜਿਹੜੀਆਂ ਅਸੀਂ ਬਰਾਮਦ ਕਰ ਲਈਆਂ। ਸੀਸੀਟੀਵੀ ਫੁਟੇਜ ਦੇ ਜ਼ਰੀਏ ਜੀ ਉਹਦੀ ਹੈਲਪ ਨਾਲ ਅਸੀਂ ਇਹਨਾਂ ਨੂੰ ਟਰੇਸ ਕੀਤਾ ਅਤੇ ਇਹਨਾਂ ਕੋਲ ਰਿਕਵਰੀ ਕਰ ਲਈ। ਕਿੰਨੇ ਕੁ ਪਰਚੇ ਪਹਿਲੇ ਦਰਜ ਨੇ ਇਹਨਾਂ 'ਤੇ? ਪਹਿਲੇ ਇੱਕ ਮੁਕਦਮੇ ਬਾਰੇ ਪਤਾ ਲੱਗਾ ਵਾ, 400 ਵੀ ਦਾ ਦਰਜਾ ਚੰਡੀਗੜ੍ਹ, ਬਾਕੀ ਪਤਾ ਕਰ ਰਹੇ ਅਸੀਂ। ਬਿਲਕੁਲ ਜੀ, ਇਹ ਕੰਮ ਕਰਨ ਦੇ ਆਦੀ ਜੀ। ਹਾਂਜੀ, ਸਾਰੇ ਪੰਜਾਬ 'ਚ ਇੰਟੀਮੇਸ਼ਨ ਦਿੱਤੀ ਹੈ, ਜਦੋਂ ਕੋਈ ਇਨਫੋਰਮੇਸ਼ਨ ਆਏਗੀ ਉਸ ਥਾਣੇ ਨੂੰ ਇਤਲਾਹ ਮਿਲੇਗੀ ਤਾਂ ਉਹ ਵੀ ਗ੍ਰਿਫਤਾਰ ਕਰਨਗੇ। ਬਾਰਾਂ ਤੇਰਾਂ ਵਾਰ ਤਾਂ ਪੁੱਛਗਿੱਛ ਮੰਨੇ ਨੇ, ਪਰ ਪਤਾ ਕਰਨਾ ਪਊਗਾ ਰਜਿਸਟਰਡ ਹੈਗੀਆਂ ਨੇ ਜਾਂ ਕੰਪਲੇਂਟਾਂ ਥਾਣੇ 'ਚ ਦਰਜ ਹੈ ਕਿ ਨਹੀਂ। ਤਕਨੀਕ ਕਿੱਥੋਂ ਸਿੱਖੀ ਹੈ? ਇਹ ਪੁੱਛਗਿੱਛ ਦੱਸਿਆ ਵੀ ਯੂਟਿਊਬ ਤੋਂ ਸਿੱਖੀ ਹੈ। ਅਸੀਂ 380 IPC 'ਚ ਥਾਣਾ ਸਿਵਲ ਵੇਖੀ ਇਹਨਾਂ ਦੋਨਾਂ ਦੇ ਖਿਲਾਫ਼ ਮੁਕਦਮਾ ਦਰਜ ਕੀਤਾ, ਉਹਦੇ ਵਿੱਚ ਗ੍ਰਿਫਤਾਰ ਕੀਤਾ, ਰਿਮਾਂਡ 'ਤੇ ਆ ਅਤੇ ਦੁਬਾਰਾ ਇਹਨੂੰ ਪੁੱਛਗਿੱਛ ਕਰਾਂਗੇ। ਜੇ ਕੋਈ ਹੋਰ ਗੱਲ ਸਾਹਮਣੇ ਆਈ